ਮਨੁੱਖ ਸਦੀਆਂ ਤੋਂ ਪਸ਼ੂ ਪਾਲਣ ਦੇ ਧੰਦੇ ਨਾਲ ਜੁੜਿਆ ਹੋਇਆ। ਕਿਸਾਨ ਮੱਝਾਂ ਗਊਆਂ ਪਾਲਦੇ ਆ, ਗਰੀਬ ਲੋਕ ਭੇਡਾਂ ਬੱਕਰੀਆਂ ਪਾਲ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ। ਬੱਕਰੀਆਂ ਭੇਡਾਂ ਪਾਲਣ ਵਾਲੇ ਲੋਕਾਂ ਦੀ ਆਪਣੀ ਵੱਖਰੀ ਦੁਨੀਆ ਹੁੰਦੀ ਹੈ। ਸਵੇਰੇ ਘਰੋਂ ਇੱਜੜ ਲੈ ਕੇ ਨਿਕਲਣਾ ਅਤੇ ਸ਼ਾਮ ਨੂੰ ਘਰ ਮੁੜਨਾ, ਆਓ ਜਾਣਦੇ ਹਾਂ ਇਹਨਾਂ ਦੇ ਕਿੱਤੇ ਬਾਰੇ। ਇਹਨਾਂ ਦੇ ਨਾਲ ਬੱਕਰੀਆਂ ਦੇ ਨਾਲ ਇਹਨਾਂ ਇੱਜੜ ਵਾਲਿਆਂ ਦੇ ਨਾਲ ਕੁਛ ਲੋਕ ਗੀਤ ਜਿਹੜੇ ਚੱਲਦੇ ਆ ਆਪਾਂ ਸੁਣੇ ਆ ਇਹਨਾਂ ਨਾਲ ਸੰਬੰਧਿਤ, ਜਿਵੇਂ ਯਾਰੀ ਤੋੜ ਕੇ ਬੱਕਰੀਆਂ ਵਾਲੇ ਇੱਕ ਲੱਪ ਦੁੱਧ ਬਦਲੇ, ਹਾਕਾ ਮਾਰਦੇ ਬੱਕਰੀਆਂ ਵਾਲੇ ਦੁੱਧ ਪੀ ਕੇ ਜਾਈ ਜਾਇ ਕੁਰੇ, ਭਾਬੀ ਬੱਕਰੀ ਚਲਾਉਣ ਦੀ ਮਾਰੀ ਲਾਰਾ ਲੱਪਾ ਲਾਈ ਰੱਖਦੀ। ਅਤੇ ਇੱਕ ਗੀਤ ਹੈ ਜਿਹੜਾ ਅੱਜ ਕੱਲ੍ਹ ਦੇ ਹਾਲਾਤਾਂ ਨਾਲ ਢੁੱਕਦਾ ਕਿ ਜਦੋਂ ਤੇਰੇ ਸੈੱਲ ਘੱਟ ਗਏ ਯਾਦ ਆ ਗਏ ਬੱਕਰੀਆਂ ਵਾਲੇ। ਹਾਂਜੀ, ਇਹ ਇਹਨਾਂ ਅੱਜ ਕੱਲ੍ਹ ਜਿਹੜਾ ਲੋਕਾਂ ਦੇ ਸੈੱਲ ਬਹੁਤ ਘੱਟਦੇ ਆ ਅਤੇ ਇਹ ਬੱਕਰੀਆਂ ਦਾ ਦੁੱਧ ਆ ਜਿਹੜਾ ਉਹ ਦੂਜਾ ਸੈੱਲ ਜਿਹੜਾ ਘੱਟ ਜਾਂਦੇ ਆ ਅਤੇ ਉਹ ਪੀਣ ਵਾਸਤੇ ਕੰਮ ਆਉਂਦਾ, ਅਤੇ ਇਸ ਕਰਕੇ ਜਿਹੜਾ ਉਹ ਦੁੱਧ ਬਹੁਤ ਮਹਿੰਗਾ ਵਿਕਦਾ। ਅਤੇ ਜਿਹੜਾ ਤੁਸੀਂ ਦੁੱਧ ਵੇਚਦੇ ਆ ਨਾ? ਅਸੀਂ ਜੀ ਉਵੇਂ ਤਾਂ ਨਹੀਂ ਵੇਚਦੇ ਗੇ, ਜੇ ਕੋਈ ਉਹ ਜਿਹਾ ਬੰਦਾ ਆ ਜਾਵੇ ਜਾਣ ਪਛਾਣ ਵਾਲਾ ਉਹਨੂੰ ਕਹਿ ਦੇਈਦਾ ਵੀ ਦੁੱਧ ਲੈ ਜਾ, ਮੱਝ ਦਾ ਦੇ ਜਾ ਸਾਨੂੰ, ਵੀ ਚਾਹ ਬਣਾਉਣੀ ਹੁੰਦੀ ਨਹੀਂ ਤਾਂ ਉਹ ਵੀ ਦੇ ਦੇਈਦਾ, ਕੋਈ ਗੱਲ ਨਹੀਂ ਵੀ ਪੁੰਨ ਸਹੀ। ਠੀਕ ਹੈ ਠੀਕ ਹੈ। ਅਤੇ ਦੂਜਾ ਤੂੰ ਕਦੋਂ ਕਦਾ ਇਸ ਕਿੱਤੇ 'ਚ ਪਿਆ? ਮੈਨੂੰ ਹੋ ਗਏ ਹੁਣੇ ਜੀ 3-4 ਸਾਲ ਹੋ ਗਏ ਚਾਹ ਦੇ। ਅੱਛਾ, ਕਿੰਨੇ ਪਸ਼ੂ ਤੇਰੇ ਕੋਲ? ਮੇਰੇ ਕੋਲ ਹੈਗੇ ਆ 45-46 ਨਾਗ ਆ ਜੀ ਸਾਰੇ। 45-46 ਨਾਗ ਆ ਸਾਰੇ ਤੇਰੇ? ਇਕੱਲੇ ਦੇ ਆ? ਹਾਂ ਇਕੱਲੇ ਦੇ ਆ, ਇੱਕ ਨਾਲ ਮੁੰਡਾ ਹੋਰ ਆ ਜੀ। ਅੱਛਾ ਅੱਛਾ। ਅਤੇ ਇਹਨਾਂ ਨੂੰ ਜਿਹੜਾ ਤੁਸੀਂ ਬਸ ਆ ਚਾਰ ਕੇ ਹੀ ਇਹਨਾਂ ਦਾ ਗੁਜ਼ਾਰਾ ਹੁੰਦਾ ਕਿ ਇਹਨਾਂ ਨੂੰ ਘਰੇ ਵੀ ਕੋਈ ਪੱਠਾ ਦਿੱਤਾ ਖੁਰਾਕ ਪਾਉਣੀ? ਘਰੇ ਜੀ ਮੀਂਹ ਮੂੰਹ ਹੋਵੇ ਉਦੋਂ ਪਾ ਦੇਈਦੇ ਪੱਠੇ ਪੁੱਠੇ। ਅੱਛਾ, ਤੇ ਜਾਂ ਜਦੋਂ ਕੋਈ ਸੂਈਆਂ। ਨਾਲੇ ਵੀ ਕਹਿੰਦੇ ਬੱਕਰੀ ਦੇ ਅਮਲੀ ਭਿੱਜਿਆਂ ਦਾ ਕੁਛ ਨਹੀਂ ਰਹਿੰਦਾ, ਹੈਗੀ ਗੱਲ? ਇਹ ਭਿੱਜ ਕੇ ਕੀ ਨੁਕਸ ਪੈਂਦਾ ਇਹਨਾਂ ਨੂੰ? ਇਹ ਬਿਮਾਰ ਹੋ ਜਾਂਦੀਆਂ ਜੀ, ਗਿੱਲੀਆਂ ਹੋ ਜਾਂਦੀਆਂ, ਜ਼ੁਕਾਮ ਲੱਗ ਜਾਂਦਾ। ਅਮਲੀ ਵੀ ਭਿੱਜ ਕੇ ਉਹਦਾ ਨਜ਼ਾ ਟੁੱਟ ਜਾਂਦਾ, ਇਹਨਾਂ ਜ਼ੁਕਾਮ ਲੱਗ ਜਾਂਦਾ। ਤੇਰਾ ਨਾਂ ਕੀ ਆ? ਮੇਰਾ ਨਾਮ ਦੀਪ ਆ ਜੀ। ਪਿੰਡ ਕਿਹੜਾ? ਸਾਦਕ। ਸਾਦਕ, ਅੱਛਾ ਅੱਛਾ। ਅਤੇ ਜਿਹੜਾ ਬੱਕਰੀਆਂ ਪਾਲਣ ਦਾ ਧੰਦਾ ਤੁਸੀਂ ਕਰਦੇ ਆ ਰਹੇ 4-5 ਸਾਲ ਤੋਂ, ਹੈ ਨਾ? ਅਤੇ ਇਹ ਜਿਹੜਾ ਇਹਦੇ ਵਾਸਤੇ ਕੋਈ ਸਰਕਾਰ ਕਰਜ਼ਾ ਦਿੰਦੀ ਹੈ? ਹਾਂ ਦਿੰਦੀ ਹੈ ਜੀ ਕਰਜ਼ਾ ਜੀ। ਤੁਸੀਂ ਲਿਆ? ਨਾ ਜੀ ਅਸੀਂ ਨਹੀਂ ਲਿਆ ਜੀ। ਇਹ ਸਾਰਾ ਆਪ ਮਾਲ ਬਣਾਇਆ? ਆਪ ਹੀ ਬਣਾਇਆ। ਇਹ ਪਹਿਲਾਂ ਜੀ ਮੇਰੇ ਮਾਮੇ ਹੋਰੀ ਚਾਰਦੇ ਸੀਗੇ। ਅੱਛਾ ਅੱਛਾ। ਅਤੇ ਗਾਂ ਉਹਨਾਂ ਤੋਂ ਹੀ ਲਿਆਂਦੀਆਂ ਸੀਗੀਆਂ, ਮੇਰਾ ਵੱਡਾ ਭਰਾ ਚਾਰਦਾ ਸੀਗਾ। ਠੀਕ ਹੈ ਠੀਕ ਹੈ। ਉਹਦੇ ਤੋਂ ਫਿਰ ਮੈਂ ਚਾਰਨ ਲੱਗ ਪਿਆ। ਇੱਕ ਬੱਕਰੀ ਸਾਡੇ ਕੋਲ। ਅੱਛਾ। ਇੱਕ ਬੱਕਰੀ ਤੋਂ ਬਣਾਈਆਂ ਗਾਂ। ਅੱਛਾ, ਇਹ ਕਿੰਨੇ ਬੱਚੇ ਦੇ ਦਿੰਦੀ ਸਾਲ 'ਚ? ਸਾਲ 'ਚ ਜੀ ਬੱਕਰੀ ਪਹਿਲੇ ਸੂਬੇ ਤਾਂ ਦਿੰਦੀ ਇੱਕ ਜੀ, ਦੂਜੇ ਸੂਬੇ 2 ਦਿੰਦੀ ਆ। 2 ਦਿੰਦੀ ਆ। ਸਾਲ 'ਚ 2 ਵਾਰੀ ਸੁਣਦੀ? ਹਾਂ 2 ਵਾਰੀ ਸੁਣਦੀ ਸਾਲ 'ਚ। ਮਤਲਬ ਇੱਕ ਦੇ ਨਾਲ 3-4 ਜਾਨਵਰ ਰਲ ਜਾਂਦੇ ਆ, ਹੈ ਨਾ? ਅਤੇ ਇਹ ਜਿਹੜਾ ਮੀਟ ਇਹਨਾਂ ਦਾ ਬਣਦਾ, ਅਤੇ ਇਹ ਮੀਟ ਵਾਸਤੇ ਛੋਟੇ ਬੱਚੇ ਤੋਂ ਲੈ ਕੇ ਵੀ ਵੇਚ ਦਿੰਦੇ ਆ, ਛੋਟੇ ਨੂੰ ਵੇਚ ਦਿੰਦੇ ਆ? ਅਸੀਂ ਛੋਟਾ ਜਿਵੇਂ ਮੰਨ ਕੇ ਚੱਲੋ ਕਾਲਾ ਬੱਕਰਾ ਉਹਦਾ ਹੀ ਦੇਣਾ ਸੁੱਖ ਵਾਲੇ ਨੂੰ। ਅੱਛਾ, ਸੁੱਖ ਵਾਲੇ? ਹਾਂ, ਜਿਹੜੇ ਬਾਬੇ ਦੀ ਸੁੱਖ ਦਿੰਦੇ? ਬਾਬੇ ਦੀ ਸੁੱਖ ਜਿਹੜੀ ਦਿੰਦੇ ਆ, ਹਲਾਲ ਕਰਕੇ ਖਵਾਉਂਦੇ ਆ। ਹਾਂ, ਤੇ ਜਿਹੜਾ ਵੱਡਾ ਬੱਕਰਾ ਹੋ ਜਾਂਦਾ ਉਹ ਅਸੀਂ ਮੀਟ ਵਾਲੇ ਨੂੰ ਦੇ ਦਿੰਦੇ ਆ। ਅੱਛਾ, ਤੇ ਉਹ ਛੋਟਾ ਕਿੰਨੇ ਦਾ ਵਿਕਦਾ? ਛੋਟਾ ਵਿਕਦਾ 3500-4000 ਦਾ ਜੀ, ਕਾਲਾ ਬੱਕਰਾ ਜੀ। ਤੇ ਵੱਡਾ? ਵੱਡਾ 8-9 ਹਜ਼ਾਰ ਦਾ ਵਿਕ ਜਾਂਦਾ ਜੀ। ਬੱਕਰੀ ਵੀ ਹੋ ਗਈ ਵੈੜ ਕੇ ਦੇ ਮੁੱਲ ਨੂੰ, ਹੈ ਨਾ? ਹਾਂ ਜੀ, ਬੱਕਰੀ ਬਹੁਤ ਮਹਿੰਗੀ ਆ, ਵੈੜ ਕੇ ਨਹੀਂ ਲੋੜ ਕੋ ਪੁੱਛਦਾ ਨਹੀਂ, ਤੇ ਬੱਕਰੀਆਂ ਦੀ ਕੀਮਤ ਪੈਣ ਲੱਗ ਗਈ, ਹੈ ਨਾ? ਸਹੀ ਗੱਲ। ਤੇ ਅੱਗੇ ਜਿਹੜਾ ਤੁਸੀਂ ਅੱਗੇ ਦੂਜਾ ਗਾਉਂਦੇ ਹੁੰਦੇ ਸੀ ਲੋਕ ਤੱਤ, ਇੱਕ ਮੁੱਠ ਪੱਤੀ ਦੀ ਪਤੀਲਾ ਪਾਣੀ ਦਾ ਪੈ ਗਿਆ ਰਿਵਾਜ਼ ਖਸਮਾਂ ਨੂੰ ਖਾਣੀ ਦਾ, ਚਾਹ ਦੀ ਬਿਮਾਰੀ ਕੁੱਲ ਨੂੰ ਹਲ ਲੱਗ ਗਈ, ਤੇ ਚਾਹ ਦੀ ਬਿਮਾਰੀ ਕੁੱਲ ਨੂੰ ਹਲ ਲੱਗ ਗਈ, ਚਾਹ ਦੀ ਬਿਮਾਰੀ ਲੱਗ ਗਈ ਹੈ ਕੁੱਲ ਨੂੰ, ਤੇ ਬੱਕਰੀ ਵੀ ਹੋ ਗਈ ਵੈੜ ਕੇ ਦੇ ਮੁੱਲ ਨੂੰ। ਠੀਕ ਹੈ, ਵਾਕਈ ਹੈ ਜਿਹੜਾ ਵੈੜ ਕੇ ਦੇ ਮੁੱਲ 'ਚ ਹੀ ਵਿਕਦੀ ਹੈ ਬੱਕਰੀ, ਅਤੇ ਜਿਹੜਾ ਵੈੜ ਕੇ ਨੂੰ ਕੋਈ ਨਹੀਂ ਪੁੱਛਦਾ। ਬਾਕੀ ਅਗਲਾ ਸਵਾਲ ਮੇਰਾ ਹੈ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਬਾਹਰ ਰਹਿੰਦੇ ਆ, ਠੀਕ ਆ, ਤੇ ਆਪਦਾ ਮਨੋਰੰਜਨ ਵਗੈਰਾ ਕਿਵੇਂ ਕਰਦੇ ਆ? ਮੋਬਾਈਲ ਤੇ ਗਾਣੇ ਗੁਣੇ ਸੁਣਦੇ ਕਿ? ਹਾਂ, ਮੋਬਾਈਲ ਤੇ ਗਾਣੇ ਗੁਣੇ ਸੁਣ। ਆਪ ਵੀ ਗਾਲਨ? ਆਪ ਵੀ ਗਾਲ ਲਿਆ ਮਾੜਾ ਮੋਟਾ ਜੀ। ਸਾਨੂੰ ਗੀਤ ਸੁਣਾ। ਬੱਕਰੀਆਂ ਵਾਲੇ ਜੋੜਿਆ ਸੀ। ਹਾਂ, ਬੱਕਰੀਆਂ ਦੇ ਸੁਣਾ ਦੇ। ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ, ਬਿੱਲੋਣੀ ਵਿਕਣਾ ਮਦੋਦੀ ਉਤੋਂ 250 ਨੂੰ ਕਿਲੋਣੀ, ਉਹ ਦੱਸ ਲਵਾਂ ਮੈਂ ਸਹਾਰਾ ਕਾਸ ਦਾ, ਦੀਪ ਬੱਕਰੀਆਂ 'ਚ ਅੜਿਆ ਪਿਆ, ਕਿੱਥੋਂ ਲੈ ਕੇ ਦਵਾਂ ਤੈਨੂੰ ਛੱਤਰ, ਸਾਡਾ ਭੋਕ ਵੀ ਨਹੀਂ ਵੇਖਦਾ ਪਿਆ। ਵਾਹ ਵੀ ਵਾਹ, ਬਹੁਤ ਵਧੀਆ। ਚਾਹ ਦਾ ਫਿਰ ਸੱਜਰਾ ਦੁੱਧ ਪਾ ਕੇ? ਹਾਂਜੀ, ਅਸੀਂ ਦੁਪਹਿਰੇ ਚਾਹ ਮਾਲ ਬਾਲਿਆ ਜਿੱਥੇ ਉੱਥੇ ਦੁੱਧ ਚੋ ਕੇ, ਤੇ
ਫਿਰ ਆਪਦਾ ਖੰਡ ਮਿੱਠਾ ਲਿਆਈਦਾ ਕਰ, ਰੋਟੀ ਪਾਣੀ ਖਾ ਕੇ ਚਾਹ ਬਣਾ ਲਈਦੀ। ਆ ਇਹਨੇ ਕਿਹੜਾ ਛੜ ਮਾਰਨੀ ਹੁੰਦੀ ਆ, ਲੱਤਾਂ ਫੜ ਕੇ ਜਿਹੜੀ ਮਰਜ਼ੀ ਚੋਰ ਆ, ਜਦੋਂ ਮਰਜ਼ੀ ਚੋਰੀ ਤਾਂ ਸਾਡੀ ਫਰਿੱਜ ਹੀ ਆਈ। ਹਾਂ ਬਿਲਕੁਲ ਬਿਲਕੁਲ। ਤੇ ਜਿਹੜਾ ਹਰ ਇੱਜੜ ਵਾਲਾ ਆਪਣੇ ਨਾਲ ਇੱਕ ਕੁੱਤਾ ਰੱਖਦਾ। ਹਾਂ ਕੁੱਤਾ ਰੱਖਦਾ। ਤੇ ਇੱਕ ਰੱਖਦਾ ਖੋਤੀ। ਖੋਤੀ ਇਹ ਕਾਹਦੇ ਵਾਸਤੇ ਹੁੰਦੇ ਆ? ਜਿਹੜੀ ਕੁੱਤਾ ਹੁੰਦਾ ਇਹ ਨਾਲੇ ਤਾਂ ਰੱਖਦਾ ਰਾਖੀ, ਨਾਲੇ ਮੋੜਦਾ ਮਾਲ। ਜਿਹੜੀ ਖੋਤੀ ਹੁੰਦੀ ਇਹ ਜੀ ਭਾਰ ਭੂਰ ਚੱਕੀ ਰਾਦੀ ਸਮਾਨ ਸਮੂਨ ਰੋਟੀ ਪਾਣੀ ਦਾ। ਜਿਵੇਂ ਹੁਣ ਗਰਮੀ ਆ ਜਾਣੀ, ਤੁਹਾਡੇ ਕੋਲ ਟਾਂਗੀ ਹੁੰਦੀ ਆ? ਹਾਂ ਟਾਂਗੀ ਹੁੰਦੀ ਆ। ਤੇ ਉਹ ਕਿਸ ਕੰਮ ਆਉਂਦੀ ਆ? ਉਹ ਬਸ ਤੁੱਕੇ ਤੁੱਕੇ ਝਾੜ ਨੂੰ ਜੀ, ਬਸ ਪੱਤੇ ਪੁੱਤੇ ਬੇਰੀ ਬੂਰੀ ਝਾੜ ਕੇ ਪਾ ਦੇ ਦੀ ਬੱਕਰੀਆਂ ਨੂੰ ਸਿਆਲ ਦੇ ਵਿੱਚ। ਤੇ ਜੇ ਕਿਸੇ ਲੜ ਲੁੜ ਪਏ ਤਾਂ ਉੱਥੇ ਕੰਮ ਦੇ ਜਾਂਦੀ ਹੋਣੀ? ਹਾਂ ਉੱਥੇ ਹੀ ਦੇ ਜਾਂਦੀ ਕੰਮ ਜੀ। ਅੱਛਾ ਅਗਲਾ ਜਿਹੜਾ ਸਵਾਲ ਹੈਗਾ, ਇੱਕ ਇਹਨਾਂ ਤੁਹਾਡੇ ਕੋਲ ਪਤੀਲੀ ਹੁੰਦੀ ਆ ਹਨਾ ਕੁੰਡੇ ਵਾਲੀ? ਹਾਂਜੀ। ਪਹਿਲਾਂ ਪਿੱਤਲ ਦੀਆਂ ਪਤੀਲੀਆਂ ਹੁੰਦੀਆਂ ਸੀ। ਹਾਂਜੀ। ਤੇ ਉਹਨੂੰ ਬੜਾ ਤੁਸੀਂ ਮਾਂਜ ਕੇ ਰੱਖਦੇ ਹੁੰਦੇ ਸੀਗੇ, ਪਰ ਹੁਣ ਪਿੱਤਲ ਮਹਿੰਗਾ ਹੋ ਗਿਆ ਨਾ, ਹੁਣ ਤਾਂ ਸਿਲਵਰ ਦੀ ਚੱਲਦੀ। ਹਾਂ ਸਿਲਵਰ ਦੀ ਉਹ ਪਈ ਆ, ਪਿੱਤਲ ਜੀ ਭਾਰੀ ਆ, ਪਰ ਉਹ ਲਿਆਉਂਦੇ ਨਹੀਂ, ਪਤੀਲੀ ਹੈਗੀ ਹੁਣ ਸਿਲਵਰ ਦੀ ਆ ਜੀ। ਤੇ ਉਹਨੂੰ ਇਹਨਾਂ ਲਿਸ਼ਕਾ ਕੇ ਕਦੋਂ ਰੱਖਦੇ ਹੁੰਦੇ? ਬਸ ਉਹੀ ਸ਼ੌਂਕ ਹੀ ਵੇਲੇ ਰਗੜਾ ਮਾਰ, ਵੇਲੇ ਹੀ ਹੋਈਦਾ, ਸ਼ੌਂਕ ਨਾਲ ਹੀ ਮਾਂਜ ਦੇਈਦੀ ਆ, ਵੇਲੇ ਰਗੜਾ ਮਾਰੀ ਨਾਲੇ ਝੋਲੇ ਨੂੰ ਨਹੀਂ ਕਾਲ ਸਕੂਲ ਸਲਾ। ਅੱਛਾ ਅੱਛਾ ਅੱਛਾ। ਤੇ ਜਿਹੜਾ ਇਹ ਤੂੰ ਕੰਮ ਕਰ ਰਿਹਾ, ਇਹਦੇ ਤੋਂ ਤੂੰ ਖੁਸ਼ ਆ? ਹਾਂਜੀ ਖੁਸ਼, ਪੂਰੀ ਆਮਦਨ ਆ ਤੈਨੂੰ? ਹਾਂਜੀ ਹਾਂਜੀ, ਵਧੀਆ ਸਾਰਾ ਕੁਝ ਚੱਲੀ। ਹਾਂਜੀ ਮੈਨੂੰ ਹੋਰ ਕੰਮ ਕੋਈ ਨਹੀਂ ਵਧੀਆ ਲੱਗਦਾ, ਬਸ ਇਹ ਹੀ ਲੱਗਦਾ ਇੱਕ। ਨਹੀਂ ਵਧੀਆ ਕੰਮ ਹੈ ਜਿਹੜਾ, ਕਿਹੜਾ ਪੱਲੋ ਪਾਉਣਾ ਕੁਝ? ਬਸ ਇਹ ਹੈ ਜੀ, ਆਪਦੀ ਮਰਜ਼ੀ ਨਾਲ ਤੜਕੇ ਛੱਡਣੀਆਂ, ਆਪਦੀ ਮਰਜ਼ੀ ਨਾਲ ਜਾਣਾ। ਇੱਕ ਜਿਹੜਾ ਦੁੱਧ ਆ ਇਹ ਕਿਉਂ ਚੰਗਾ ਗਿਣਿਆ ਜਾਂਦਾ ਹੈ? ਇਹ ਜੇ ਸੈੱਲ ਸੁੱਲ ਡਾਊਨ ਹੋ ਜਾਣ। ਨਹੀਂ ਨਹੀਂ, ਉਹ ਇਹ ਬੂਟੀ ਬਾਟੀ ਖਾਂਦੀਆਂ ਕਰਕੇ? ਹਾਂਜੀ ਬੂਟੀ ਬਹੁਤ ਖਾਂਦੀਆਂ, ਜਿਵੇਂ ਹਰ ਇੱਕ ਤਰ੍ਹਾਂ ਦੇ ਬੂਟੇ। ਹਾਂ ਤੁੰਮੇ ਖਾ ਲਏ, ਅੱਕ ਖਾ ਲਏ, ਹੋਰ ਵਰਾਈਟੀਆਂ ਬਹੁਤ ਖਾਏ। ਆਪਾਂ ਮੱਝਾਂ ਨੂੰ ਤਾਂ ਇੱਕੋ ਪੱਠੇ ਪਾਵਾਂਗੇ, ਇੱਕ ਪੱਠੇ ਹੀ ਪੈਂਦੇ ਆ। ਇਹਨਾਂ ਨੇ ਪਤਾ ਨਹੀਂ ਕੀ ਕੀ ਖਾਣਾ, ਵੀ ਨਿੰਮ ਖਾ ਲੈਣੀ ਕੌੜੀ, ਡੇਕ ਖਾ ਲੈਣੀ ਆ, ਤੁੰਮੇ ਤੁੰਮੇ। ਯਾਰ ਤੇਰੀਆਂ ਗੱਲਾਂ ਸੁਣ ਕੇ ਜੀ ਤਾਂ ਮੇਰਾ ਵੀ ਕਰਦਾ ਰੱਖ ਲਾਂ ਮੈਂ ਹਨਾ, ਪਰ ਉਹ ਨਾ ਮੇਰਾ ਫਾਦਰ ਸੀਗਾ ਪਟਵਾਰੀ, ਤੇ ਸਾਡਾ ਘਰ ਵੱਜਦਾ ਸੀ ਪਟਵਾਰੀਆਂ ਦਾ ਹਨਾ। ਉਹ ਫਿਰ ਮੈਂ ਪੱਤਰਕਾਰ ਬਣ ਗਿਆ, ਤੇ ਹੁਣ ਸਾਡਾ ਘਰ ਵੱਜਣ ਲੱਗਿਆ ਪੱਤਰਕਾਰਾਂ ਦਾ। ਗਾਂ ਮੁੰਡੇ ਵਕੀਲ ਬਣ ਗਏ, ਤੇ ਹੁਣ ਕਹਿਣ ਲੱਗੇ ਵਕੀਲਾਂ ਦਾ ਘਰ, ਤੇ ਜੇ ਬੱਕਰੀਆਂ ਰੱਖ ਲਈਆਂ ਤਾਂ ਫਿਰ ਤਾਂ ਬੱਕਰੀਆਂ ਵਾਲਾ ਰੱਖ ਲਈਆਂ, ਬੱਕਰੀਆਂ ਵਾਲਿਆਂ ਦੇ ਆਖਿਆ ਕਰਨਗੇ। ਬਸ ਇੱਥੇ ਗੱਲ ਨੂੰ ਮਰਾ ਦਾ ਨਹੀਂ ਕੰਮ ਚੰਗਾ। ਉਹ ਹੀ ਅੱਗੇ ਹੀ ਇੱਕ ਗਾਣਾ ਹੋਰ ਜੋੜੀ ਜਾਂਦੇ ਸੀਗੇ। ਅੱਛਾ ਦੂਜਾ ਵੀ ਹੱਸ ਕੇ ਨਾ ਕਹਿ ਦੀ ਕਿਤੇ, ਦੋ ਨੰਬਰ ਹੀ ਨਹੀਂ ਮੁੰਡਾ ਪਿੰਡ ਵਿੱਚ ਵੱਜੇ, ਮੁੰਡਾ ਬੱਕਰੀਆਂ ਵਾਲਾ ਨਹੀਂ। ਅੱਛਾ ਉਹ ਗਾਣਾ ਜੋੜਨ ਲੱਗੇ ਹੀ ਅਸੀਂ ਜੋੜੀ ਜਾਂਦੇ ਸੀ। ਤੇ ਇਹ ਜਿਹੜਾ ਚਲੋ ਵਧੀਆ ਤੇਰੇ ਨਾਲ ਗੱਲਬਾਤ ਹੋਈ ਆ, ਤੇ ਆ ਜਿਹੜੀਆਂ ਭੇਡਾਂ ਰੱਖੀਆਂ ਇਹਨਾਂ ਤੋਂ ਕਿੰਨੀ ਆਮਦਨ ਹੈਗੀ ਆ? ਇਹਨਾਂ 'ਚ ਵੀ ਫਾਇਦਾ ਹੈਗਾ ਜੀ ਫੋਲੀ, ਇਹਨਾਂ ਦਾ ਵੀ ਦੁੱਧ ਕੰਮ ਆਉਂਦਾ ਕਿ? ਇਹਨਾਂ ਦਾ ਜੀ ਦੁੱਧ ਤਾਂ ਨਹੀਂ ਗਾ ਜੀ, ਇਹਨਾਂ ਦੇ ਬਾਅਦ ਲੇਲੇ ਲੂਲੇ ਵੇਚ ਦੇਈਦੇ ਆ। ਵਿਕ ਜਾਂਦੇ ਉਹ ਕਿੰਨੇ ਕੁ ਦਾ ਵਿਕ ਜਾਣਾ? ਲੇਲਾ ਵਿਕ ਜਾਂਦਾ ਇਹਨਾਂ ਦਾ, ਲੇਲਾ ਭਾਰਾ ਹੋ ਜਾਂਦਾ ਛੇਤੀ। ਇਹ ਵੀ ਦੋਂਦੇ ਛੱਤਰੇ ਹੁੰਦੇ ਉਦੋਂ ਚੜ੍ਹਦੇ ਆ, ਜਿਵੇਂ ਭਾਰੇ ਹੋ ਜਾਂਦੇ ਲੇਲੇ, ਮੀਟ ਦੇ ਕੰਮ ਆਉਂਦਾ, ਮੀਟ ਦੇ ਕੰਮ ਆਉਂਦਾ। ਇਹ ਵੀ ਬੱਕਰੇ ਦੇ ਮੁੱਲ 'ਚ ਵਿਕ ਜਾਂਦਾ? ਹਾਂ ਇਹ ਬੱਕਰੀ ਨਾਲ ਥੋੜਾ ਛੇਤੀ ਭਾਰਾ ਹੋ ਜਾਂਦਾ, ਛੇਤੀ ਤਿਆਰ ਹੋ ਜਾਂਦਾ। ਉਹਨਾਂ ਦੀ ਉਹਨਾਂ ਉਹਨੀ ਪਹਿਨ ਦੋ ਵਾਰੀ ਮੁੰਡਦੇ ਆ ਜੀ, ਇੱਕ 7 ਮਹੀਨੇ ਤੇ ਇੱਕ 4-5 ਮਹੀਨੇ। ਤਾਂ ਇਹ ਕਹਿੰਦੇ ਭੇਡਾਂ ਤੇ ਉਹਨ ਕੋਈ ਨਹੀਂ ਛੱਡਦਾ। ਇਹ ਫਿਰ ਉਹ ਵੇਚਦੇ ਕਿੱਥੇ ਲਿਜਾ ਗਏ? ਇਹ ਫਾਜ਼ਿਲਕਾ ਵੇਚਦੀ। ਅੱਛਾ ਕੀ ਭਾਅ ਵੇਚਦੀ ਆ? ਪਹਿਨਾ ਵੇਚਦੀ ਹੁੰਦੀ ਸੀ, ਹੁਣ ਤਾਂ 6,000 ਨੂੰ ਹੋ ਗਈ ਆ ਜੀ। 6,000 ਨੂੰ ਕਿਲੋ? ਨਹੀਂ ਨਹੀਂ ਕਵਾਮਾਨ ਮਾਨ 6,000 ਨੂੰ। ਇਹ ਤਾਂ ਰੇਟ ਥੋੜਾ ਹੈ ਨਾ, ਥੋੜਾ ਜੀ। ਮਾਨ ਤਾਂ ਸਾਰੀਆਂ ਤੋਂ ਨਹੀਂ ਲੈਂਦੀ ਹੋਣੀ? ਮਾਨ ਨਹੀਂ ਲੈਂਦੀ, ਇਹ ਕਿਲੋ ਲਾਉਂਦੀ ਆ। ਜਿਹੜੀ ਸਿਆਲ ਵਾਲੀ ਮੋਨੀ ਹੁੰਦੀ ਉਹ ਤਾਂ ਲਾ ਦਿੰਦੀ ਕਿਲੋ, ਜਿਹੜੀ ਗਰਮੀ ਵਾਲੀ ਮੋਨੀ ਹੁੰਦੀ ਉਹ ਥੋੜੀ ਲੈਂਦੀ ਆ। ਜ਼ਿਆਦਾ ਮਤਲਬ ਮੀਟ ਦਾ ਹੀ ਫਾਇਦਾ? ਮੀਟ ਦਾ ਫਾਇਦਾ ਇਹਨਾਂ ਦਾ ਬੱਚਾ, ਜਿਵੇਂ ਸਿਆਲ ਦੇ ਵਿੱਚ ਮੰਨ ਕੇ ਚੱਲੋ ਵੀ ਠੰਡ ਪੈਣ ਲੱਗ ਪਈ ਆ, ਇਹਨਾਂ ਨੂੰ ਇਹ ਨਹੀਂ ਹੁੰਦਾ ਗਾ ਵੀ ਅੱਜ ਇਹਨਾਂ ਠੰਡ ਲੱਗ ਜੂਗੀ, ਇਹਨਾਂ ਬੱਚਾ ਵੀ ਢਿੱਲਾ ਹੋ ਜੂਗਾ, ਇਹਨਾਂ ਨੂੰ ਇਹ ਨਹੀਂ ਕੋਈ ਰਹਿੰਦਾ ਗਾ, ਠੰਡ ਠੁੰਡ ਦਾ ਕੋਈ ਚੱਕਰ ਰਹਿੰਦੀ ਗੀ। ਅਤੇ ਇਹ ਬੱਕਰੀਆਂ ਬਿਮਾਰ ਬਿਮੂਰ ਵੀ ਹੁੰਦੀਆਂ ਹੈ ਕਿ ਨਹੀਂ ਹੁੰਦੀਆਂ ਖਾਸ? ਹੋ ਜਾਂਦੀਆਂ ਬਿਮਾਰ ਜੀ, ਠੰਡ ਠੁੰਡ ਲੱਗ ਗਈ ਹੋਵੇ ਤਾਂ ਇਹਨਾਂ ਨੂੰ ਕੱਲੀ ਠੰਡ ਹੀ ਮਾਰਦੀ। ਹਾਂ ਠੰਡ ਮਾਰਦੀ, ਉਵੇਂ ਜਾਂ ਬਾਹਰੋਂ ਦਵਾਈ ਬੂਟੀ ਕੋਈ ਖਾ ਜਾਣਾ ਤਾਂ ਆ ਜਾਂਦੀਆਂ। ਵੈਸੇ ਇਹਨਾਂ ਨੂੰ ਦਵਾਈ ਦਵੂਈ ਦਿੱਤੀ ਰੱਖੀ ਦੀ ਹੈ ਜੀ। ਅੱਛਾ ਉਹ ਡਾਕਟਰ ਦੀ ਸਲਾਹ ਨਾਲ ਦਿੰਦੇ ਕਿ ਆਪਦਾ ਦੇਸੀ ਇਲਾਜ ਹੈ? ਬਸ ਆਪਦੀ ਨੀਲ ਜਾਂ ਦਵਾਈ ਆ ਜੀ। ਅੱਛਾ ਉਹ ਦਿੰਦੇ ਨੇ ਅਸੀਂ ਲਿਆ ਕੇ ਜੀ। ਠੀਕ ਆ, ਚਲੋ ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਸਾਨੂੰ ਜਿਹੜਾ ਬੱਕਰੀਆਂ ਬਾਰੇ ਭੇਡਾਂ ਬਾਰੇ ਜਾਣਕਾਰੀ ਦਿੱਤੀ। ਅਤੇ ਤੁਸੀਂ ਵੇਖਿਆ ਸਾਡਾ ਫੀਚਰ ਯਾਰ ਬੱਕਰੀਆਂ ਵਾਲੇ, ਤੁਹਾਨੂੰ ਗੱਲਬਾਤ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਤੇ ਮਿਲਦੇ ਹਾਂ ਅਗਲੇ ਕਿਸੇ ਹੋਰ ਨਵੇਂ ਫੀਚਰ ਦੇ ਨਾਲ, ਅਤੇ ਸੋ ਦੇਖਦੇ ਰਹੋ ਚੈਨਲ ਵਹਿੰਦੇ ਦਰਿਆ। ਮੈਂ ਪੱਤਰਕਾਰ ਗੁਰਭੇਜ ਸਿੰਘ ਚੌਹਾਨ ਆਪਣੇ ਕੈਮਰਾ ਸਹਿਯੋਗੀ ਦੀਪਕ ਸੇਠੀ ਦੇ ਨਾਲ ਚੈਨਲ ਵਹਿੰਦੇ ਦਰਿਆ।